ਸੋ ਹੈ ਗਾਇਸ, ਕੀ ਹਾਲ ਚਾਲ ਹੈ? ਸਭ ਤੋਂ ਫਿਲਿਸ ਸਾਰੇ ਵਧੀਆ ਹੋਣਗੇ। ਲੈਂਕਸ ਪ੍ਰਿੰਸ ਡੰਡੀਵਾਲ ਬਾਈ, ਵਿਪਲ ਕਪੂਰ ਬਾਈ ਦਾ ਮਿਊਜ਼ਿਕ ਆ, ਮਿਕਸ ਵੈਪ ਨੇ ਕੀਤਾ, ਮਾਸਟਰ ਸਲਮੋਰਲ ਸਟੂਡੀਓਜ਼ ਦਾ, ਆਈ ਥਿੰਕ ਸਲਮੋਰਲ ਬਾਈ ਦਾ ਨਾਮ ਹੈ ਵਿੱਚ। ਵੀਡੀਓ ਕ੍ਰੀਏਟਰ ਭੰਗੜਾ ਕਰੂ ਡਾਊਨ ਟੂ ਭੰਗੜਾ, ਲੈਟਸ ਚੈੱਕ ਇਟ। ਓਕੇ, ਨਾਈਸ ਯਾਰ, ਨਾਈਸ। ਬਹੁਤ ਘੱਟ ਜ਼ੂਮ ਲੈਂਸਿਸ ਯੂਜ਼ ਕੀਤੇ ਜਾਂਦੇ ਆ ਜਦੋਂ ਕੋਈ ਵੀ ਮਿਊਜ਼ਿਕ ਵੀਡੀਓ ਜਾਂ ਫਿਲਮ ਯੂਜ਼ ਕੀਤੀ, ਫਿਲਮ ਬਣਾਈ ਜਾਂਦੀ ਆ। ਨਾਈਸ ਯਾਰ, ਵਧੀਆ ਲੱਗਦਾ ਇਹ ਚੀਜ਼ਾਂ ਵਿੱਚ ਵਿੱਚ ਐਕਸਪੈਰੀਮੈਂਟ ਕਰਦੇ ਆ ਆਪਣੇ ਨਵੇਂ ਮੁੰਡੇ। ਕਾਤੋ ਕਰਦੀ ਆ ਰੱਤ ਬਾ ਤੂੰ ਚੈੱਕ ਜੱਟ ਦਾ, ਲੋਕੀ ਧੱਕੇ ਨਾਲ ਜੋੜਦੇ ਆ ਲਿੰਕ ਨੀ। ਨਾਈਸ ਯਾਰ, ਇੱਕਦਮ ਬਹੁਤ ਸੋਹਣਾ ਚੱਕਿਆ ਗਾਣਾ ਬਾਈ ਜੀ। ਆਉਂਦਾ ਫਿਰੇ ਗਾ ਤਾਂ ਹੀ ਚੱਲੇ ਥਾਂ ਥਾਂ, ਕੰਮ ਕਾਲੇ ਬਾਹਾਂ ਉੱਤੇ ਕਾਲੀ ਇੰਕ ਨੀ। ਆ ਚੱਤੋ ਪੈਰ ਘੋੜਾ ਰਹਿੰਦਾ ਡੱਬ ਵਿੱਚ ਨੀ, ਸਾਡੇ ਵੀ ਹੈਗੀ ਆ। ਵੀਕਐਂਡ ਗਾਲਾ ਨਾ ਕਲੱਬ ਵਿੱਚ ਨੀ, ਆਹਾ ਮੰਡੂਆਂ ਨੂੰ ਯਾਰ ਲਵੇ ਲੱਗਣ ਨਾ ਦਿੰਦੇ, ਸਾਰੇ ਹਸਲਰ ਬੰਦੇ ਸਾਡੇ ਹੱਥ ਵਿੱਚ ਨੀ। ਜੇਬਾਂ ਤੋਂ ਫਕੀਰ ਦਿਲਾਂ ਦੇ ਯਾਰ ਚ ਨੀ, ਨਾ ਦਿਖਾਉਂਦੇ ਪਿੱਠ ਨੀ, ਵਾਈਬ ਹੁੰਦੀ ਸਿੱਕ ਨੀ, ਕਾਦਲ ਡਰਿਪ ਨੀ ਤੇ ਕੰਮ ਤੇ ਗ੍ਰਿਪ ਨੀ, ਵੇਖ ਕੱਟਦੀ ਆ ਲੱਤਾਂ ਗੱਭਰੂ ਦੀ ਵਿਪ ਨੀ। ਆਏ ਹਾਏ ਹਾਏ, ਦੈਟਸ ਸੁਬਰੂ ਰਾਈਟ। ਕੰਮ ਤੇ ਗ੍ਰਿਪ ਨੀ, ਵੇਖ ਕੱਟਦੀ ਆ ਲੱਤਾਂ ਗੱਭਰੂ ਦੀ ਵਿਪ ਨੀ, ਉਹ ਡਾ ਦਿੰਦਾ ਖਾਤੇ ਵਿੱਚ ਡਿੱਗਣੇ ਤੋਂ ਪਹਿਲਾਂ, ਮੁੰਡਾ ਦੋ ਵਾਰੀ ਕਰਦਾ ਨਾ ਥਿੰਕ ਨੀ। ਸਟੀਰੀਓ ਇਮੇਜਿੰਗ ਬਹੁਤ ਸੋਹਣੀ ਹੋਈ ਹੈ, ਲਾਈਕ ਪੂਰਾ ਉਹ ਇੱਕ ਚੀਜ਼ ਆ ਕਿ ਗਾਣੇ ਦੇ ਨਾ, ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਐਲੀਮੈਂਟਸ ਨੇ, ਮੈਂ ਕਹਿ ਸਕਦਾ ਐਲੀਮੈਂਟਸ ਕਾਫੀ ਜ਼ਿਆਦਾ ਯੂਜ਼ ਕੀਤੇ ਗਏ ਆ ਹੁੱਕ ਲਾਈਨ ਦੇ ਵਾਸਤੇ, ਡਿਫਰੈਂਸ਼ੀਏਟ ਕਰਨ ਵਾਸਤੇ। ਉਹਦੇ ਚੱਕਰ 'ਚ ਨਾ ਉਹਨਾਂ ਨੂੰ ਥੋੜ੍ਹਾ ਅਲੱਗ ਅਲੱਗ ਤਰੀਕੇ ਨਾਲ ਅਲੱਗ ਅਲੱਗ ਸਾਈਡਸ 'ਤੇ ਰੱਖਿਆ ਗਿਆ ਆ, ਠੀਕ ਹੈ, ਕੋਈ 60%, ਕੋਈ 70% ਲੈਫਟ ਰਾਈਟ, ਉਸ ਤਰੀਕੇ ਨਾਲ, ਬਟ ਨਾਈਸ ਆ। ਜੇ ਤੂੰ ਪੁੱਛਦੀ ਐ ਮਿੱਠੀ ਐ ਤਾਂ ਦੱਸਦਾ ਡਿਟੇਲ ਚ, ਲੱਭਣਾ ਨੀ ਕੋਈ ਤੈਨੂੰ ਮਿੱਤਰਾਂ ਦੇ ਮੇਲ ਚ, ਅੰਬਰਾਂ ਨੂੰ ਜਾਂਦੀ ਵੇਖ ਗੁੱਡੀ ਚੜਦੀ, ਕਈਆਂ ਦੇ ਆ ਲੱਗੀ ਹੋਈ ਅੱਗ ਕੁੜੇ ਟੇਲ ਚ, ਜੱਟ ਪਾਸ ਨਾਹੀ ਫੇਲ ਚ, ਖੇਲ ਚ ਕਦੇ ਖੜਾ ਨਾ ਮੈਂ ਸੇਲ ਚ, ਖੇਲ ਚ ਕਿਹੜਾ ਆਊ ਸਾਡੇ ਖੇਲ ਚ, ਖੇਲ ਚ ਜਿਹੜਾ ਆਇਆ ਗਿਆ ਜੇਲ ਚ, ਸਿਰੋਂ ਲੈ ਕੇ ਪੈਰਾਂ ਤੱਕ ਕਾਲੇ ਬਾਣੇ ਮਿੱਤਰਾਂ ਦੇ ਲੱਗੀਆਂ ਨੇ ਪਿੱਛੇ ਪਿੰਕ ਪਿੰਕ ਨੀ। ਕਦੋਂ ਕਰਦੀ ਆ ਰੁੱਤ ਬੰਦ ਚੈੱਕ ਜੱਟ ਦਾ, ਲੋਕ ਧੱਕੇ ਨਾਲ ਜੋੜਦੇ ਆ ਲਿੰਕ ਨੀ। ਓਏ, ਆ ਤਾਂ VFX ਆ ਯਾਰ। ਕਿ ਵਾਕਈ ਚੱਕੀ ਹੋਈ ਹੈ ਕਿਸੇ ਚੀਜ਼ ਨਾਲ, ਕਿਉਂਕਿ ਇੰਨੇ ਜਗ੍ਹਾ ਬਾਰੇ ਗੱਡੀ ਤਾਂ ਨਹੀਂ ਚੱਕ ਸਕਦੇ ਯਾਰ, ਉੱਪਰੋਂ ਕੁੜੀ ਵੀ ਬੈਠੀ ਹੋਈ ਆ ਉਹਦੇ ਉੱਤੇ। ਸੋ ਕੁਛ ਤਾਂ ਹੈ ਜਿਹੜਾ ਕਿ ਲਾਈਕ ਇੱਥੇ ਸਾਨੂੰ ਪਤਾ ਨਹੀਂ ਲੱਗਿਆ, ਬਟ ਚੱਕੀ ਹੋਈ ਹੈ ਗੱਡੀ। ਬਾਈ ਦੀ ਡਰਿੱਪ ਬਹੁਤ ਸੋਹਣੀ ਆ ਨਾ ਯਾਰ, ਕੱਪੜੇ ਕੁੱਪੜੇ ਬਾਹਲੇ ਘੈਂਟ ਪਾ ਰੱਖੇ ਨੇ। ਜੋ ਵੀ ਕੰਮ ਇੱਕ ਇੱਕ ਹੁੰਦਾ ਨਾ, ਸ਼ੌਕੀਨ ਜਿਹਾ ਮੁੰਡਾ ਹੁੰਦਾ ਉਹ ਵਾਲੇ ਕੰਮ ਨੇ। ਵੋਕਲ ਵੀ ਬਾਈ ਦੀ ਨਾਈਸ ਨਾਲੇ। ਓਏ ਹੋਏ, ਇਲੈਕਟ੍ਰਿਕ ਮਾਇਆ ਨਾਲ ਪਾਇਆ ਨੀ, ਉਹ ਮੋਹ ਨੀ, ਮਾਈਂਡ ਵਿੱਚ ਸਾਂਭੇ ਮੂਵ ਕਰਦਾ ਨਾ, ਸ਼ੋ ਨੀ ਦੋ ਨੀ ਅਸੂਲ, ਕਦੇ ਨਹੀਂ ਸ਼ੋ ਕਰਨੇ। ਦੋ ਨੀ ਜਣੇ
ਮੂਵਸ ਤਾਂ ਸ਼ੋਅ ਕਰਨੇ ਹੀ ਨਹੀਂ ਗਾਇਸ, ਪ੍ਰਾਈਵੇਟ ਲਾਈਫ ਇਜ਼ ਬੈਸਟ ਲਾਈਫ, ਠੀਕ ਹੈ। ਜੋ ਤੁਸੀਂ ਕਰ ਰਹੇ ਹੋ, ਜਿੰਨਾ ਗਰੋ ਕਰ ਰਹੇ ਹੋ, ਦੁਨੀਆਂ ਆਪੇ ਦੇਖ ਜਾਣਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਜਾ ਜਾ ਪਿੰਡ ਵਿੱਚ ਸਾਂਭੇ ਮੂਵ ਕਰਦਾ ਨਾ ਸ਼ੋਅ ਨੀ, ਦੋ ਨੀ ਅਸੂਲ ਪੱਕੇ ਰੱਖੇ ਇੱਕ ਦੋ ਨੀ, ਜਣੇ ਖਣੇ ਨੂੰ ਨਾ ਜੱਟ ਆਖਦੇ ਬਰੋ ਨੀ, ਸਾਡਿਆਂ ਬਨੇਰਿਆਂ ਤੇ ਬੋਲੇ ਨਾ ਕਰੋ ਨੀ, ਗੱਡੀਆਂ ਦੇ ਵਾਂਗੂ ਚੇਂਜ ਕਰਤਾ ਬਲੋ ਨੀ, ਕਰੋ ਨੀ ਕਿਤ ਆਪਣੇ ਹੀ ਦਮ ਤੇ ਆਏ ਹਾਏ ਅਸੀਂ ਆਪ ਜੱਗ ਕੰਮ ਤੇ, ਇੱਕ ਗੰਦੀ ਵਾਲ ਬੰਨੀ ਸਿਰ ਉੱਤੇ ਕਾਲ ਬੈਰੀ ਮਿੰਟੋ ਮਿੰਟ ਹੁੰਦੇ ਆ ਸ਼ਰਿੰਕ ਨੀ। ਯਾਰ ਜੇ ਮੁੰਡਾ ਇੱਦਾਂ ਹੀ ਕੰਮ ਕਰਦਾ ਰਿਹਾ ਨਾ, ਇੱਦਾਂ ਹੀ ਵਧੀਆ ਕੰਮ ਕਰਦਾ ਰਿਹਾ ਵਧੀਆ, ਤੇ ਇਹ ਲਾਈਕ ਵਧੀਆ ਗਰੋ ਕਰ ਜਾਏਗਾ। ਕਿਵੇਂ ਕਰ ਲੂ ਕੋਈ ਰੀਸ ਦੀ ਬਾ ਗੈਂਗ ਸਾਈਨਾ ਨਾਲ ਛੱਡੇ ਸਿੰਕ ਨਹੀਂ, ਕਾ ਤੋ ਕਰ ਦੀ ਰੱਤ ਬੰਦ ਚੱਕ ਚੱਟ ਪਾ ਲੋ ਤੇ ਨਾਲ ਜੋੜਦੇ ਆ ਲਿੰਕ ਨਹੀਂ, ਆਉਂਦਾ ਫਿਰੇ ਕਾ ਤਾਈ ਚੱਲੇ ਥਾ ਥਾ ਕੰਮ ਕਾਲੇ ਬਾਹਾਂ ਤੇ ਕਾਲੀ ਲਿੰਕ ਨਹੀਂ, ਕਾ ਤੋ ਕਰ ਦੀ ਰੱਤ ਬੰਦ ਚੱਕ ਚੱਟ ਪਾ ਲੋ ਤੇ ਨਾਲ ਜੋੜਦੇ ਆ ਲਿੰਕ ਨਹੀਂ, ਆਉਂਦਾ ਫਿਰੇ ਕਾ ਤਾਈ ਚੱਲੇ ਥਾ ਥਾ ਕੰਮ ਕਾਲੇ ਬਾਹਾਂ ਤੇ ਕਾਲੀ ਲਿੰਕ ਨਹੀਂ। ਕਿਆ ਬਾਤ ਹੈ, ਕਿਆ ਬਾਤ ਹੈ, ਅੱਗੇ ਵੀ ਆਇਆ ਕੁਛ ਨਾ। ਰੈਲੀਵਾਲ ਸਾਹਿਬ ਸਵਾਲ ਲਿਆ ਤਾ ਯਾਰ ਤੁਸੀਂ, ਤੇ ਬਾਹਲੀ ਸੋਹਣੀ ਚੀਜ਼ ਕੱਢੀ ਆ, ਅਤੇ ਲਾਈਕ ਫਿਊਜ਼ਨ ਦਾ ਮਿਊਜ਼ਿਕ ਆ, ਫਿਊਜ਼ਨ ਇਨ ਦਾ ਸੈਂਸ ਕਿ ਯਾਰ ਇਹਨੂੰ ਨਾ ਥੋੜ੍ਹਾ ਆਪਾਂ ਡਿਫਰੈਂਟ ਹੈ, ਢੋਲਕੀ ਅਤੇ ਹਿੱਪ ਹੋਪ ਦਾ ਮਿਕਸ ਜਿਹਾ ਹੈ ਗਾਣਾ, ਇਹ ਇੰਡੀ ਪੋਪ ਬਣ ਜਾਂਦਾ ਇਹਦੇ ਨਾਲ ਮੇਰੇ ਖਿਆਲ ਨਾਲ, ਜਾਂ ਪਤਾ ਨਹੀਂ ਕੀ ਚੱਕਰ ਆ, ਉੱਧਰਲੀ ਚੀਜ਼ ਲੱਗਦੀ ਹੈ ਮੈਨੂੰ ਇਹ ਵਾਲਾ ਜਾਨਰ ਜਿਹਾ, ਹੈ ਨਾ। ਅਤੇ ਢੋਲਕੀ ਯੂਜ਼ ਕੀਤੀ ਆ, ਘੱਟ ਯੂਜ਼ ਕੀਤੀ ਆ, ਇੰਨਾ ਨਹੀਂ ਵਾਰ 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 ਚੱਲੀ ਹੈਗੀ। ਲਾਈਕ ਗੱਲ ਇਹਦੀ ਗਾਣੇ ਦੀ ਇੱਕ ਮੈਲੋਡੀ ਥੋੜ੍ਹੀ ਦੇਸੀ ਸਟਾਈਲ ਸੀਗੀ, ਤਾਂ ਕਰਕੇ ਉਹਦੇ ਵਾਸਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਪਾਉਣੀ ਪੈ ਗਈ ਢੋਲਕੀ, ਸ਼ਾਇਦ ਨਾਂ ਵੀ ਪਾਉਂਦੇ, ਹੈ ਨਾ। ਬਟ ਇਹਦੀ ਨਾ ਇੱਕ ਤਾਂ ਵੀਡੀਓ ਬਹੁਤ ਕਲਾਸਿਕ ਬਣਾਈ ਹੈ, ਬਹੁਤ ਇੱਦਾਂ ਦੀ ਬਣਾਈ ਹੈ ਜਿਹਨੂੰ ਦੇਖਣਾ ਪਸੰਦ ਕਰੇਗਾ ਬੰਦਾ, ਹੈ ਨਾ। ਵਾਈਬਸ ਵਧੀਆ ਨੇ ਗਾਣੇ ਦੀਆਂ। ਉਸ ਤੋਂ ਬਾਅਦ ਪ੍ਰਿੰਸ ਵੀਰੇ ਨੂੰ ਮੈਂ ਇੱਕ ਗਾਣਾ ਹੋਊਂਗਾ ਕਿ ਵੀਰੇ ਨੇ ਲਿਖਿਆ ਵੀ ਬਾਈ ਨੇ ਹੈ ਗਾਣਾ, ਹਾਂ। ਸੋ ਵੀਰੇ ਪਹਿਲਾਂ ਤੁਸੀਂ ਲਿਖਿਆ ਬਹੁਤ ਸੋਹਣਾ ਗਾਣਾ, ਠੀਕ ਹੈ। ਤੁਹਾਡੇ ਜਿਹੜੇ ਲਾਈਨਸ ਨੇ ਨਾ ਉਹ ਦਿਮਾਗ ਛੇਤੀ ਬਹਿ, ਮੇਰੀ ਤਾਂ ਮੈਲੋਡੀ ਜਿਹੜੀ ਨਾ ਗਾਣੇ ਵਿੱਚ ਬਹਿ ਗਈ, ਠੀਕ ਹੈ। ਉਹ ਚੀਜ਼ ਇੱਕ ਚੱਲ ਰਹੀ ਹੈ ਦਿਮਾਗ ਦੇ ਵਿੱਚ। ਅਤੇ ਵਿਪੁਲ ਵੀਰਾ ਓਬਵੀਅਸਲੀ ਵਧੀਆ ਕੰਮ ਕਰਦਾ ਬਾਈ, ਹੋਰਾਂ ਨੇ ਗਾਣੇ ਗੁਣੇ ਪਹਿਲਾਂ ਵੀ ਵਧੀਆ ਮਿਊਜ਼ਿਕ ਕੀਤਾ ਆ, ਗੁੱਡ ਏਅਰ ਗੁੱਡ। ਅਤੇ ਵਿਜੂਅਲਸ ਬਾਈ ਕ੍ਰੀਏਟਰ, ਜਿਹਦਾ ਨਾਮ ਹੀ ਕ੍ਰੀਏਟਰ ਆ, ਉਹ ਤਾਂ ਓਬਵੀਅਸਲੀ ਡਿਫਰੈਂਟ ਚੀਜ਼ਾਂ ਫਿਰ ਕ੍ਰੀਏਟ ਕਰੂਗਾ ਜੀ। ਮੈਂ ਤਾਂ ਯਾਰ ਉਹ ਗੱਡੀ ਵਾਲਾ ਸਿਸਟਮ ਪੁੱਛਣਾ ਚਾਹੁੰਦਾ ਵੀਰੇ, ਮੈਨੂੰ ਜ਼ਰੂਰ ਦੱਸਿਓ ਯਾਰ ਜੇ ਦੇਖਦੇ ਹੋ ਵੀਡੀਓ, ਕਿ ਯਾਰ ਉਹ ਸਿਸਟਮ ਕਿਵੇਂ ਹੋਇਆ ਹੈਗਾ। ਨਾਈਸ ਯਾਰ, ਸਤਿ ਸ਼੍ਰੀ ਅਕਾਲ।